सतगुरु गुरु नानक पातशाह दी तारीफ करदे हुए कविराज कहिंदे ने, वेखो गुरु नानक संसार ते ऐसे पैगंबर आए हन जो सब दे सांझे ने, हर कोई उन्हां दी इज्जत रिस्पेक्ट मान करदा है, आखदा है ये साडा पीर है, ये साडा पैगंबर है। सो गुरु नानक पातशाह सब नूं इको जिहा प्यार देंदे हुए, इस संसार नूं इको जिहा उपदेश देंदे हुए ये गल समझा रहे ने कि भाई एक नूर तो असीं पैदा होए हां ते एक नाल असीं प्यार करना है। सो शायद इस गजल अंदर बड़े कमाल की गल कहिंदा है, आप प्यार शायद सरवण करो जी। अंधली बने चमन क्या जुस्त जुनान की है, अंधली बने चमन क्या जुस्त ज
जान करते हैं फिदा, जान करते हैं फिदा, जान करते हैं, जान करते سلام دل نزار جان کرتے ہیں فدا ہندو و مسلم دل نزار ایک سی دونوں کے دل ਨਾਨਕ ਕੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਨਾਲ
ਸਭ ਦਾ ਇਤਨਾ ਪਿਆਰ ਹਿੰਦੂ ਔਰ ਮੁਸਲਮਾਨ ਵੀ ਉਹਨਾਂ ਤੇ ਆਪਣਾ ਦਿਲ ਨਿਸਾਵਰ ਕਰਦੇ ਹਨ। ਕਹਿੰਦੇ ਨੇ ਅੰਤ ਸਮੇਂ ਜਦੋਂ ਆ ਕੇ ਝਗੜਾ ਪੈਦਾ ਹੋਇਆ ਕਿ ਇਹ ਸਾਡਾ ਪੀਰ ਹੈ, ਹਿੰਦੂ ਕਹਿਣ ਲੱਗੇ ਨਹੀਂ ਇਹ ਸਾਡਾ ਰਹਿਬਰ ਹੈ, ਅਸੀਂ ਆਪਣੀ ਰੀਤੀ ਅਨੁਸਾਰ ਹੀ ਸਾਰਾ ਕਾਰਜਕ੍ਰਮ ਕਰਾਂਗੇ। ਕਿਸੇ ਸਿਆਣੇ ਨੇ ਆਖਿਆ, ਉਹ ਭਾਈ ਵੇਖ ਵੀ ਤੇ ਲਓ, ਜਿਹਦੇ ਵਾਸਤੇ ਤੁਸੀਂ ਲੜਾਈ ਝਗੜਾ ਕਰ ਰਹੇ ਹੋ ਉਹ ਹੈ ਵੀ ਹੈ ਜਾਂ ਨਹੀਂ। ਜਿਸ ਵੇਲੇ ਸਾਧ ਸੰਗਤ ਝਾਤ ਮਾਰ ਕੇ ਤੱਕਿਆ ਤੇ ਕੀ ਵੇਖਦੇ ਹਨ ਕਿ ਜਿਹੜੇ ਗੁਰੂ ਨਾਨਕ ਪਾਤਸ਼ਾਹ ਚਾਦਰ ਲੈ ਕੇ ਲੇਟੇ ਸਨ ਉਹ ਕੇਵਲ ਚਾਦਰਾ ਹੀ ਪਿਆ ਕਿ ਥੱਲੇ ਫੁੱਲ ਨਜ਼ਰ ਆਏ। ਕਹਿੰਦੇ ਨੇ ਉਸ ਵੇਲੇ ਫਿਰ ਇਸ ਝਗੜੇ ਨੂੰ ਮਿਟਾਉਣ ਵਾਸਤੇ ਅੱਧੀ ਚਾਦਰ ਪਾੜ ਕੇ ਹਿੰਦੂਆਂ ਨੂੰ ਦੇ ਦਿੱਤੀ, ਅੱਧੀ ਚਾਦਰ ਮੁਸਲਮਾਨਾਂ ਨੂੰ ਦੇ ਦਿੱਤੀ। ਮੇਰੇ ਕਹਿਣ ਤੋਂ ਭਾਵ ਕਿ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਆ ਕੇ ਏਕਤਾ ਦਾ ਪ੍ਰਚਾਰ ਕਰਦੇ, ਊਚ ਨੀਚ ਜਾਤ ਪਾਤ ਭਿੰਨ ਭੇਤ ਨੂੰ ਮਿਟਾਉਂਦੇ ਹੋਏ ਸਭ ਨੂੰ ਇੱਕ ਦੇ ਨਾਲ ਜੋੜਿਆ, ਅੱਜ ਇੱਕ ਦਾ ਧੰਨਵਾਦ ਕਰਦੇ ਹੋਏ ਆਓ ਅਸੀਂ ਵੀ ਉਹਦਾ ਸ਼ੁਕਰੀਆ ਅਦਾ ਕਰੀਏ। ਅੰਦਲੀ ਬਾਨੇ ਚਮਨ ਕਿਆ ਜੁਸਤ ਜੂ ਨਾਨਕੀ ਹੈ, ਅੰਦਲੀ ਬਾਨੇ ਚਮਨ ਕਿਆ ਜੁਸਤ ਜੂ ਨਾਨਕੀ ਹੈ, ਢੂੰਢਤੀ ਫਿਰਤੀ ਹੈ ਵੋ ਗੁਲ ਜਿਸਮੇ ਜੂ ਨਾਨਕੀ ਹੈ, ਅੰਦਲੀ ਬਾਨੇ ਚਮਨ ਕਿਆ ਜੁਸਤ ਜੂ ਨਾਨਕੀ ਹੈ।